देश दुनिया च वसदे पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन, और मेरे नाल ने सरदार त्रिलोचन सिंह, साबका MP मैंबर राज सभा। सरदार साहब जी आया, सत श्री अकाल जी। वाह खालसा वाह वाहेगुरु जी की फतेह। इस वेले सब तो वड्डा मसला है किसानां दा केंद्र नाल टकरा। एक गेट की गलबात दिल्ली जाण तो बाद किसानां दी केंद्र नाल 1 तरीक नूं हो चुकी है और अज दूजी वार हो रही है। सरदार साहब, दो अहम नुकते आ तुहाडे तो समझण की कोशिश करनी है कि आखिर केंद्र पंजाब नूं सारे देश नालों वखरा करके क्यों वेख रहा। 1 तरीक वाले दिन जदों केंद्र किसानां नाल गलबात करदा, पहला वो पंजाब दे किसानां नाल 3 बजे करदा और शाम नूं वो मुड़ के बाकी भारत दीआं किसान जथेबंदियां दे नुमाइंदियां नाल करदा। क्यों पंजाब नूं वखरा के वेखदा केंद्र? आखिर केंद्र दी नीयत की है? ਨਾਵਾ ਸਾਹਿਬ, ਇਹ ਬੜਾ ਵੱਡਾ ਇਸ਼ੂ ਹੈ ਜਿਹੜਾ ਮੈਂ ਪਹਿਲਾਂ ਵੀ ਕਿਹਾ, ਤੁਹਾਡੇ ਰਾਹੀਂ ਵੀ ਕਿਹਾ, ਅਖਬਾਰਾਂ 'ਚ ਵੀ ਦਿੱਤਾ ਹੈ। ਇਸ਼ੂ ਕੀ ਹੈ ਕਿ ਇਸ਼ੂ ਹੈਗਾ ਕਿ ਜਿਹੜੇ ਬਿੱਲ ਸਰਕਾਰ ਲਿਆਈ ਉਹ ਸਾਰੇ ਫਾਰਮਰਸ ਨੂੰ ਡੀਲ ਕਰਦੇ ਆ ਜੀ, ਸਾਰੇ ਪੰਜਾਬ ਨੂੰ ਡੀਲ ਨਹੀਂ ਕਰਦੇ ਜੀ। ਲੇਕਿਨ ਕਿਉਂਕਿ ਐਜੀਟੇਸ਼ਨ ਦਾ ਰੁੱਖ ਔਰ ਐਜੀਟੇਸ਼ਨ ਦੀ ਜੋ ਤਾਕਤ ਹੈ ਉਹ ਪੰਜਾਬ 'ਚ ਉੱਠੀ, ਤਾਂ ਸੈਂਟਰ ਸਰਕਾਰ, ਮੈਂ ਸਮਝਦਾ ਕਿ ਉਹਨਾਂ ਦਾ ਇਹ ਉਹਨਾਂ ਨੂੰ ਇਹ ਲੋੜ ਸੀ ਇਹ ਸ਼ੌਕ ਕਰਨ ਦੀ ਕਿ ਬਾਕੀ ਸਾਰਾ ਇੰਡੀਆ ਦਾ ਕਿਸਾਨ ਚੁੱਪ ਬੈਠਾ, ਉਹ ਬਿੱਲ ਤੋਂ ਖੁਸ਼ ਹੈ ਅਤੇ ਇਹਨੂੰ ਲੋਕਲਾਈਜ਼ ਕਰ ਦਿਓ। ਸੋ ਸੈਂਟਰ ਨੇ ਔਰ ਜਿਹੜਾ ਮੀਡੀਆ ਸਾਡਾ, ਮਾਫ਼ ਕਰਿਓ, ਜਿਹੜਾ ਨੈਸ਼ਨਲ ਮੀਡੀਆ ਜਿਹਨੂੰ ਕਹਿੰਦੇ ਆ, ਉਹਨੇ ਵੀ ਸਾਰਾ ਜ਼ੋਰ ਲਾਤਾ ਕਿ ਪਹਿਲਾਂ ਤਾਂ ਇਹਨੂੰ ਪੰਜਾਬ ਮੂਵਮੈਂਟ ਕਰ ਦਿਓ, ਫਿਰ ਜ਼ੋਰ ਲਾਇਆ ਇਹਨੂੰ ਸਿੱਖ ਮੂਵਮੈਂਟ ਕਰ ਦਿਓ, ਔਰ ਇੱਥੋਂ ਤੱਕ ਵੀ ਗਏ ਕਿ ਜਿਹੜੀ ਬਿਲਕੁਲ ਮੈਂ ਸਮਝਦਾ ਕਿ ਦੇਸ਼ ਦੇ ਹਿੱਤ ਦੇ ਖਿਲਾਫ਼ ਹੈ ਕਿ ਇਹਨੂੰ ਖਾਲਿਸਤਾਨ ਨਾਲ ਜੋੜ ਦਿਓ। ਸੋ ਇਹ ਜਿਹੜੀਆਂ ਜੋ ਕੁਛ ਹੋ ਰਿਹਾ ਹੈ ਉਹ ਕਿਉਂਕਿ ਜਿਹੜੀ ਮੂਵਮੈਂਟ ਹੈ ਜੋ ਮੈਂ ਦੇਖ ਰਿਹਾ, ਤੁਸੀਂ ਦੇਖ ਰਹੇ ਹੋ, ਇਹ ਆਲ ਇੰਡੀਆ ਹੈ, ਆਲ ਇੰਡੀਆ ਬਣ ਚੁੱਕੀ ਹੈ। ਇਹ ਦਿੱਲੀ ਬਹੁਤ ਦੂਰ ਹੈ, ਟ੍ਰੇਨਾਂ ਬੰਦ ਹੈ, ਸਰਦੀ ਜਿਹੜੀ ਹੈ ਇਸ ਵੇਲੇ ਟੈਂਪਰੇਚਰ ਦਿੱਲੀ 'ਚ 7.5 ਔਰ 8 ਸੈਲਸੀਅਸ ਤੱਕ ਵੀ ਹੋਇਆ, ਲੋਕ ਬਾਹਰੋਂ ਦਿੱਲੀ ਆ ਨਹੀਂ ਸਕਦੇ, ਔਰ ਸਿਰਫ ਕਿਉਂਕਿ ਪੰਜਾਬ ਨੇੜੇ ਸੀ ਇਹ ਚੱਲ ਕੇ ਪਹੁੰਚ ਗਏ। ਸੋ ਇਹ ਨੈਸ਼ਨਲ ਮੂਵਮੈਂਟ ਹੈ, ਬਣ ਚੁੱਕੀ ਹੈ, ਕਿਉਂਕਿ ਹੁਣ ਸਾਰਾ UP ਦਾ ਕਿਸਾਨ, ਰਾਜਸਥਾਨ, ਹਰਿਆਣਾ ਇਹ ਉੱਥੇ ਬੈਠਾ। ਸੋ ਇਸ ਕਰਕੇ ਮੈਂ ਸਮਝਦਾ ਕਿ ਹਾਲਾਂ ਵੀ ਸੈਂਟਰ ਨੂੰ ਵੀ ਚਾਹੀਦਾ ਕਿ ਇਹਨੂੰ ਲੋਕਲਾਈਜ਼ ਨਾ ਕਰੇ, ਐਵੇਂ ਲੋਕਲਾਈਜ਼ ਕਰਕੇ ਇਹਦੇ ਕਨਸੀਕੁਐਂਸਿਸ ਬੜੇ ਗਲਤ ਹੋਣਗੇ, ਕਿਉਂਕਿ ਜਦੋਂ ਕੋਈ ਗੱਲ ਨੈਗੇਟਿਵ ਚਲੀ ਜਾਏ ਤਾਂ ਫਿਰ ਲੋਕਾਂ ਦੀਆਂ ਫੀਲਿੰਗ ਜਿਹੜੀਆਂ ਨੈਗੇਟਿਵ ਹੋ ਜਾਂਦੀਆਂ, ਔਰ ਪੰਜਾਬ ਬੀਇੰਗ ਬਾਰਡਰ ਸਟੇਟ ਉਹਨੂੰ ਕਦੇ ਮੌਕਾ ਨਾ ਦਿਓ ਕਿ ਉਹ ਡਿਜੈਕਟਡ ਫੀਲ। ਇਸ ਕਰਕੇ ਸੈਂਟਰ ਇਹਨੂੰ ਪੰਜਾਬ ਦਾ, ਮੈਂ ਸਮਝਦਾ ਦੇਰ ਪਾ ਇਹਦਾ ਨੁਕਸਾਨ ਹੋਣ ਦਾ ਡਰ ਹੈ, ਇਹਦੇ ਵਕਤੀ ਤੌਰ ਤੇ ਲਾਭ ਹੋ ਸਕਦਾ। ਅੱਛਾ, ਮੈਨੂੰ ਇਹ ਜ਼ਰੂਰ ਦੱਸੋ ਕਿ ਜੇ ਇਸ ਵਾਰੀ ਜਿਹੜੀ ਗੱਲਬਾਤ ਹੈ, ਜਿਹੜੀ ਪਹਿਲੀ ਗੱਲਬਾਤ ਹੋਈ ਹੈ, ਉਹਦੇ 'ਚ ਕੇਂਦਰ ਟਾਲ ਮਟੋਲ ਦੀ ਨੀਤੀ 'ਤੇ ਆ, ਜਿਹੜੇ ਕਿਸਾਨਾਂ ਦਾ ਐਟੀਟਿਊਡ ਸੀ ਬੜਾ ਸੰਤੁਲਿਤ ਸੀ, ਔਰ ਉਹ ਕੇਂਦਰ ਦੇ ਜਿਹੜੇ ਨੁਮਾਇੰਦੇ ਸੀ, ਮੰਤਰੀ ਸੀ, ਉਹਨਾਂ ਦੀ ਬਾਡੀ ਲੈਂਗੁਏਜ ਤੱਕ ਐਕਸਪਲੇਨ ਕਰ ਰਿਹਾ ਸੀ। ਇਸ ਵਾਰੀ ਫਿਰ ਜਿਹੜੀ ਇਹ ਅੱਜ ਮੀਟਿੰਗ ਹੋਣੀ ਆ, ਇਹਦੇ ਤੋਂ ਪਹਿਲਾਂ ਕਿਸਾਨ ਬਹੁਤ ਸਾਰੇ ਸ਼ੰਕੇ ਲੈ ਕੇ ਗਏ ਨੇ। ਤੁਹਾਨੂੰ ਲੱਗਦਾ ਕਿ ਕੇਂਦਰ ਕਿਸਾਨ ਨੂੰ ਕਿਹੋ ਜਿਹਾ ਰੁੱਖ ਅਪਣਾਉਣਾ ਚਾਹੀਦਾ ਔਰ ਕੇਂਦਰ ਝੁਕੇਗਾ ਕਿ ਨਹੀਂ, ਇਹ ਤੁਹਾਨੂੰ ਕੀ ਲੱਗਦਾ, ਤੁਹਾਡਾ ਅਨੁਭਵ ਆ? ਦੇਖੋ, ਗੱਲ ਬੜੀ ਸਿੱਧੀ ਹੈ, ਮੈਂ ਸਮਝਦਾ ਕਿ ਜਦੋਂ ਗੱਲਬਾਤ ਹੋਵੇ ਦੁਨੀਆ ਭਰ ਵਿੱਚ, ਗੱਲਬਾਤ ਡਾਇਲਾਗ, ਅੱਜ ਨਹੀਂ ਵੱਡੀਆਂ ਵੱਡੀਆਂ ਵਰਲਡ ਵਾਰ ਦੇ ਕੰਟਰੀਆਂ ਦੀਆਂ ਲੜਾਈਆਂ, ਮੁਲਕਾਂ ਦੇ ਝਗੜੇ, ਰੋਜ਼ ਪੜ੍ਹਦੇ ਹੋ ਮਿਡਲ ਈਸਟ ਕੀ ਹੋ ਰਿਹਾ, ਕਿੰਨਾ ਝਗੜਾ ਅਰੇਬੀਆ ਦਾ, ਯਮਨ ਦਾ, ਕਿਵੇਂ ਝਗੜਾ ਹੋ ਰਿਹਾ ਕਤਰ ਦਾ, UAE ਦਾ। ਸੋ ਦੁਨੀਆ 'ਚ ਬੜੇ ਝਗੜੇ ਹੁੰਦੇ ਹਨ, ਲੇਕਿਨ ਜਦੋਂ ਗੱਲਬਾਤ ਹੁੰਦੀ ਹੈ ਉਹ ਇਕੁਐਲਿਟੀ ਨਾਲ ਹੁੰਦੀ ਹੈ। ਔਰ ਦੂਜਾ ਇਹ ਗੱਲ ਸਮਝ ਲਓ, ਕਦੇ ਇਹ ਨਾ ਕਹੋ ਕਿ ਅਸੀਂ ਅਗਲੇ ਨੂੰ ਮਾਰ ਕੇ ਆ ਗਏ, ਅਗਲੇ ਨੂੰ ਨਿਵਾ ਕੇ ਆ ਗਏ, ਬਿਲਕੁਲ ਗਲਤ ਹੈ। ਨੈਗੋਸੀਏਸ਼ਨ ਇਜ਼ ਗਿਵ ਐਂਡ ਟੇਕ। ਇਸ ਕਰਕੇ ਮੇਰੀ ਕਿਸਾਨ ਭਰਾਵਾਂ ਨੂੰ ਵੀ, ਜਿਹੜੇ ਲੀਡਰ ਹਨ, ਮੈਂ ਵੀ ਬਿਆਨ ਪੜ੍ਹਦਾ, ਭਰਾਵੋ ਬਿਆਨ ਐਸੇ ਨਾ ਦਿਓ ਕਿ ਸਮਝੋ ਕਿ ਅਸੀਂ ਸੈਂਟਰ ਦੀ ਗੌਰਮੈਂਟ ਨੂੰ ਹਰਾ ਰਹੇ ਹਾਂ, ਜਾਂ ਅਸੀਂ ਇਹ ਜਦੋਂ ਨੈਗੋਸ਼ੀਏਟ ਹੁੰਦੀ ਹੈ ਬਰਾਬਰਤਾ ਹੈ, ਫੈਸਲੇ ਆਉਂਦੇ ਆ ਦੋਵਾਂ ਪੱਖਾਂ ਦੇ, ਹੱਕ ਜਾਂਦੇ ਆ, ਔਰ ਦੋਵੇਂ ਜਾਇੰਟ ਸਟੇਟਮੈਂਟ ਆਉਂਦੇ ਆ, ਔਰ ਉਹ ਇਹੀ ਹੁੰਦੇ ਆ ਕਿ ਅਸੀਂ ਸਾਰੇ ਇਕੱਠੇ ਹਾਂ ਔਰ ਅਸੀਂ ਬੜੀ ਨੈਗੋਸ਼ੀਏਟ। ਸੋ ਮੇਰੀ ਇਹ ਖਿਆਲ ਹੈ ਕਿ ਜਦੋਂ ਭਾਵਨਾ ਗੱਲਬਾਤ ਦੀ ਹੈ ਤਾਂ ਭਾਵਨਾ ਵਿੱਚ ਸਾਡੀ ਜਿਹੜੀ ਬੋਲੀ ਹੈ, ਬਿਆਨ ਵੀ, ਉਹ ਭਾਵਨਾ ਚੰਗੀ ਹੋਣ ਦੇ ਹੋਣੇ ਚਾਹੀਦੇ। ਔਰ ਮੈਂ ਇਹ ਸਮਝਦਾ ਜੀ, ਜੋ ਅੱਜ ਜੀ ਸਰਦਾਰ ਸਾਹਿਬ, ਜਿਹੜੇ ਇਤਿਹਾਸ ਜੀ ਇਤਿਹਾਸ ਦੇ ਵਿੱਚ ਐਸੇ ਮੌਕੇ ਵੀ ਪਏ ਆ ਜਦੋਂ ਅਸੀਂ ਮੂਵਮੈਂਟ ਤਾਂ ਖੜੀ ਕਰ ਲਈ, ਲੇਕਿਨ ਨਤੀਜੇ ਨਾ ਪੱਖੀ ਆਏ, ਅਸੀਂ ਕੱਢ ਕੇ ਕੁਝ ਨਹੀਂ ਲਿਆਏ।
ਤੁਹਾਡਾ ਜਿਹੜਾ ਆਪਣਾ ਐਕਸਪੀਰੀਅੰਸ ਆ ਅਤੀਤ ਦਾ ਜਿਹੜਾ ਤੁਹਾਡਾ ਉਹ ਨੇੜੇ ਰਹਿ ਕੇ ਚਸ਼ਮਦੀਦ ਵਾਂਗ ਵੇਖਣ ਵਾਲਾ ਪੰਜਾਬੀ ਸੂਬੇ ਦੀ ਗੱਲ ਕਰ ਲਈਏ, ਉਸ ਤੋਂ ਪਹਿਲਾਂ 84 ਜਦੋਂ ਵਾਪਰਦੀ ਹੈ ਬਲੂ ਸਟਾਰ ਆਪਰੇਸ਼ਨ, ਉਸ ਤੋਂ ਪਹਿਲਾਂ ਵੀ ਅਕਾਲੀ ਔਰ ਇੰਦਰਾ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ, ਨਤੀਜੇ ਕੋਈ ਨਹੀਂ ਆਏ। ਇਸ ਵਾਰੀ ਪ੍ਰੈਸ਼ਰ ਤਾਂ ਪੂਰਾ ਬਣਿਆ, ਹਾਲਾਂਕਿ ਕੇਂਦਰ ਨੇ ਰੋਕਿਆ ਕਿਸਾਨਾਂ ਨੂੰ, ਲੇਕਿਨ ਇਸ ਵੇਲੇ ਕੀ ਸਾਨੂੰ ਲਚਕ ਰੱਖਣੀ ਚਾਹੀਦੀ ਆ, ਸਾਨੂੰ ਟੂ ਦਾ ਪੁਆਇੰਟ ਗੱਲ ਕਰਨੀ ਚਾਹੀਦੀ ਆ, ਸਾਨੂੰ ਕਿ ਉਹ ਨੁਕਤੇ ਜਿਨ੍ਹਾਂ ਨੁਕਤਿਆਂ ਤੋਂ ਬਿਨਾਂ ਸਾਡਾ ਨਹੀਂ ਸਰਦਾ ਸਾਨੂੰ ਉਹਨਾਂ ਤੇ ਫੋਕਸ ਕਰਨਾ ਚਾਹੀਦਾ, ਜਾਂ ਆਪਣਾ ਪ੍ਰੈਸ਼ਰ ਦੇਖ ਕੇ ਹੋਰ ਵੱਡੀਆਂ ਮੰਗਾਂ ਰੱਖ ਲੈਣੀਆਂ ਚਾਹੀਦੀਆਂ ਜਿਵੇਂ ਆਮ ਧਾਰਨਾ ਬਣ ਰਹੀ ਹੈ? ਦੇਖੋ, ਮੈਂ ਜਿਵੇਂ ਪਹਿਲਾਂ ਕਿਹਾ ਕਿ ਵਰਲਡ ਵਾਈਡ ਜੋ ਫਾਰਮੂਲੇ ਆ ਅਸੀਂ ਉਹਨੂੰ ਫਾਲੋ ਕਰੀਏ। ਮੈਨੂੰ ਯਾਦ ਹੈ ਪੰਜਾਬੀ ਸੂਬਾ ਕਿੰਨੇ ਚੱਲੀ, ਅੰਤ ਨਹੀਂ, ਕਿੰਨੇ ਲੱਖ ਲੱਖ ਬੰਦਾ ਗ੍ਰਿਫਤਾਰ ਹੋਇਆ, ਗੋਲੀ ਚੱਲੀ, ਮਾਰੇ ਗਏ ਬੰਦੇ, ਉਹ ਕਿੰਨੇ ਸਾਲ ਸੰਘਰਸ਼ ਚੱਲਿਆ। ਅਲਟੀਮੇਟ ਸੈਂਟਰਲ ਗੌਰਮੈਂਟ ਨੂੰ ਮੰਨਣਾ ਪਿਆ ਕਿ ਪੰਜਾਬੀ ਸੂਬਾ ਦੇਣਾ, ਪਰ ਜੋ ਦਿੱਤਾ ਉੱਥੇ ਫਿਰ ਅਸੀਂ ਹਾਰ ਕਿੱਥੇ ਗਏ ਕਿ ਸਾਡਾ ਲੀਡਰ ਸੀ ਸੰਤ ਫਤਿਹ ਸਿੰਘ, ਐਂਡ ਹੀ ਵਾਜ਼ ਦਾ ਸੋਲ ਲੀਡਰ ਟੂ ਨੈਗੋਸ਼ੀਏਟ ਕਿ ਪੰਜਾਬੀ ਸੂਬਾ ਕਿਹੋ ਜਿਹਾ ਹੋਵੇ, ਕਿਹੜੇ ਏਰੀਏ ਹੋਣ, ਕੀ ਤਾਕਤ ਹੋਵੇ, ਅਤੇ ਉਹ ਉੱਥੇ ਆ ਕੇ ਫੇਲ ਹੋ ਗਿਆ। ਸਾਰਾ ਕੁਛ ਲੈ ਕੇ ਅਖੀਰ ਅਸੀਂ ਕੁਆਰਟੀਨ ਬਣ ਗਏ, ਸਾਡੀਆਂ ਚੰਡੀਗੜ੍ਹ ਗਿਆ, ਹਾਈ ਕੋਰਟ ਗਈ, ਪਾਣੀ ਗਏ, ਹੈੱਡਵਰਕਸ ਗਏ, ਇਹ ਮੈਂ ਕਹਿੰਦਾ ਨਾ ਜਦੋਂ ਨੈਗੋਸ਼ੀਏਟਰ ਲੀਡਰ ਜਿਹੜਾ ਉਹ ਸਿਆਣਾ ਨਾ ਹੋਏਗਾ ਤਾਂ ਨੈਗੋਸ਼ੀਏਟ ਟੇਬਲ 'ਤੇ ਫੇਲ ਹੋਏਗਾ। ਇਦੋਂ ਹੀ ਤੁਸੀਂ 84 ਦੀ ਗੱਲ ਕੀਤੀ ਹੈ, 84 ਕਿਉਂ ਮਰੀ? ਕਦੇ ਮੈਂ ਇਸ ਬਾਰੇ ਕਦੇ ਫਿਰ ਖੁੱਲ੍ਹਾ ਬੋਲਣਾ ਚਾਹੁੰਦਾ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਉਹਦੇ 'ਚ ਆਪਣੀ ਵਾਰ ਲੱਗ ਗਈ, ਲੌਂਗੋਵਾਲ ਵੱਡਾ ਕਿ ਭਿੰਡਰਾਵਾਲ ਵੱਡਾ, ਅਸੀਂ ਇੱਕ ਦੂਜੇ ਨੂੰ ਇਹ ਮਾਰਨ ਲੱਗ ਗਏ ਵੀ ਮੇਰੇ ਥਰੂ ਹੋਵੇ, ਉਹ ਕਹਿੰਦਾ ਇਹਦੇ ਥਰੂ ਨਾ ਹੋਵੇ। ਸੋ ਇਸੇ ਝਗੜੇ ਅਸੀਂ ਕਿੱਥੇ ਪਹੁੰਚ ਗਏ, ਨੈਗੋਸ਼ੀਏਸ਼ਨ ਟੇਬਲ ਗਏ ਲੇਕਿਨ ਡਰਦੇ ਸੀ ਜੇ ਅਸੀਂ ਅੱਜ ਸੁਲਾਹਕਾਰ ਆਏ ਭਿੰਡਰਾਵਾਲਾ ਕੀ ਕਹੇਗਾ। ਸੋ ਇਸ ਕਰਕੇ ਜਿਹੜੇ ਭਰਾ ਅੱਜ ਲੀਡਰ ਗਏ ਨੇ, ਪਹਿਲੀ ਗੱਲ ਤਾਂ ਮੇਰੀ ਇਹ ਹੈ ਕਿ 35 ਡੈਲੀਗੇਸ਼ਨ, ਇਹ ਬਹੁਤ ਵੱਡਾ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਨੈਗੋਸ਼ੀਏਸ਼ਨ ਕਰਨ 35 ਗਰੁੱਪ ਜਾ ਰਹੇ ਹੈ। ਚੰਗਾ ਹੁੰਦਾ ਇਹ ਪਹਿਲਾਂ 35 ਆਪਸ 'ਚ ਮੀਟਿੰਗਾਂ ਕਰਕੇ 4-5 ਬੰਦੇ ਚੁਣਦੇ ਕਿ ਸਾਡੇ ਇਹ 5 ਬੰਦੇ ਹੀ ਬੋਲਣਗੇ ਔਰ ਇਹ ਹੀ ਸਾਡਾ ਸਭ ਕੁਛ ਹੈ। ਲੇਕਿਨ ਕਿਉਂਕਿ ਸਾਡੀ ਹਾਲਾਂ ਤੱਕ ਮੈਂ ਨਜ਼ਰ ਨਹੀਂ ਆਈ ਐਸੀ ਗੱਲ ਬਣੀ ਹੋਵੇ ਕਿ ਸਾਰੇ ਇਕੱਠੇ ਹੋਣ, ਪਰ ਮੈਂ ਇਸ ਗੱਲ 'ਤੇ ਮਹਿਸੂਸ ਕਰਦਾ ਕਿ ਭਰਾਵੋ ਕਦੇ ਰੁਪਈਏ ਦਾ ਰੁਪਈਆ ਨਹੀਂ ਮਿਲਦਾ। ਬਸ ਅੱਜ ਤੱਕ ਇਤਿਹਾਸ ਪੜ੍ਹ ਲਈਏ, ਕਦੇ ਅੱਜ ਤੱਕ ਬੜੀਆਂ ਫਾਰਮਰ ਰਜਿਸਟ੍ਰੇਸ਼ਨ ਮਹਾਰਾਸ਼ਟਰ 'ਚ ਹੋਈਆਂ, ਗੁਜਰਾਂ ਦੀਆਂ, ਰਾਜਸਥਾਨ ਹੋਈਆਂ, ਕਿੰਨੇ ਦਿਨ ਰੇਲ ਬੰਦ ਰਹੀ, ਹਮੇਸ਼ਾ ਗਿਵ ਐਂਡ ਟੇਕ। ਜੋ ਅੱਜ ਮੰਗਾਂ ਚਾਰਟਰ ਉਹ ਰੱਖੋ ਜਿਹੜੀ ਪਹਿਲਾਂ ਮੈਂ ਸੁਣਦਾ ਆਇਆ ਵੀ ਵੱਡੀਆਂ ਦੋ ਇਸ਼ੂ, MSP ਮਾਰਕੀਟਿੰਗ ਮੰਡੀ, ਇਹ ਦੋ ਮੇਜਰ ਮੰਗਾਂ ਜਿਹੜੀਆਂ ਪੰਜਾਬ ਗੌਰਮੈਂਟ ਨੇ ਵੀ ਕਹੀਆਂ, ਅਖਬਾਰ ਵੀ ਲਿਖ ਰਹੇ ਹੈ, ਲੋਕਾਂ ਦੀ ਵੀ ਮੰਨ ਹੈ। ਸੋ ਮੇਰੇ ਖਿਆਲ ਵਿੱਚ ਜਿਸ ਗੱਲ 'ਤੇ ਅਸੀਂ ਸੈਟਿਸਫਾਈਡ ਹੋ ਜਾਈਏ ਠੀਕ ਹੈ, ਸਾਨੂੰ ਨੈਗੋਸ਼ੀਏਟ ਕਰ ਲੈਣਾ ਚਾਹੀਦਾ। ਇਹ ਨਾ ਹੋਵੇ ਕਿ ਅੱਜ ਜੋ ਕੁਛ ਪਹਿਲਾਂ ਵੀ ਮੰਗਦੇ ਸੀ ਸਾਰੀਆਂ ਇੱਕੋ ਵਾਰੀ ਲੈ ਆਈਏ। ਮਾਹੌਲ ਚੰਗਾ ਹੋ ਗਿਆ, ਭਾਰਤ ਸਰਕਾਰ ਤੁਹਾਡੇ ਗੱਲ 'ਚ ਠੀਕ ਵਧਣ ਨੂੰ ਮੰਨ ਗਈ, ਤਾਂ ਫਿਰ ਥੋੜ੍ਹਾ ਉਹਨੂੰ ਹੋਰ ਮੌਕਾ ਦਿਓ, ਜੋ ਅੱਜ ਮਿਲਦਾ ਉਹ ਲੈ ਲਓ, ਬਾਕੀ ਕਹੋ ਜੀ ਅਗਲੀ ਮੀਟਿੰਗ ਫਿਰ ਪਾ ਲਓ। ਸੋ ਮੇਰੀ ਤਾਂ ਇਹ ਹੈ ਕਿ ਇਸ ਵੇਲੇ ਜਿਹੜਾ ਪ੍ਰੈਸ਼ਰ ਹੈ ਤੁਹਾਡਾ ਉਹ ਗੁਰੂ ਦੀ ਕਿਰਪਾ ਨਾਲ ਬਹੁਤ ਹੈ। ਮੈਂ ਦੱਸ ਦੇਣਾ ਪੰਜਾਬੀਆਂ ਨੂੰ, ਦੱਸ ਦੇਣਾ ਪਿੰਡਾਂ ਦੇ ਲੋਕਾਂ ਨੂੰ, ਪਰ ਮੇਰੀ ਇੱਕ ਗੱਲ ਬਣਾਵਾ ਜੀ ਮੈਂ ਕਹਿਣੀ ਚਾਹੁੰਦਾ, ਸ਼ਾਇਦ ਤੁਹਾਨੂੰ ਹੁਣੇ ਹੀ ਕਹਿ ਦਿਆਂ ਕਿਉਂਕਿ ਟਾਈਮ ਥੋੜ੍ਹਾ ਹੈ। 1966 'ਚ ਹਰਿਆਣਾ ਪੰਜਾਬ ਵੱਖਰੇ ਹੋਏ, ਅਸੀਂ ਉਦੋਂ ਦੇ ਲੜ ਰਹੇ ਹਾਂ, ਕਦੇ ਪਾਣੀ ਦੇ ਝਗੜਾ, ਕਦੇ ਚੰਡੀਗੜ੍ਹ ਲੜਾਈਆਂ। ਇਹ ਭਰਾਵੋ ਗੁਰੂ ਦੀ ਕਿਰਪਾ ਹੋਈ ਜੇ ਪਹਿਲੀ ਵਾਰ ਪੰਜਾਬੀ ਔਰ ਹਰਿਆਣਵੀ ਫਾਰਮਰ ਅੱਜ ਦੋਵੇਂ ਭਰਾ ਬਣ ਗਏ। ਮੈਂ ਸਮਝਦਾ ਇਦੋਂ ਵੱਡੀ ਅਚੀਵਮੈਂਟ ਸਾਡੇ ਇਤਿਹਾਸ ਵਿੱਚ ਨਹੀਂ ਹੋ ਸਕਦੀ ਕਿ ਅੱਜ ਹਰਿਆਣਾ ਦਾ ਔਰ ਪੰਜਾਬ ਦੀ ਯੂਨਿਟੀ ਹੈ। ਇਹਨੂੰ ਕਾਇਮ ਕਰੋ, ਇਹਨੂੰ ਹੋਰ ਵਧਾਓ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਬੇਨਤੀ ਕਰਦਾ ਕਿ ਜੇ ਹਰਿਆਣੇ ਦੇ ਲੋਕ ਉੱਠ ਕੇ ਆ ਗਏ ਆ ਤਾਂ ਫਿਰ ਅਸੀਂ ਇਹਨੂੰ ਵੈਲਕਮ ਕਰੀਏ, ਇਹਨੂੰ ਹੋਰ ਵਾਧਾ ਕਰੀਏ। ਇਹਦਾ ਬੜਾ ਦੂਰ ਪਾਰ ਜਾ ਕੇ ਰਿਜ਼ਲਟ ਆਉਣਗੇ। ਇਹ ਜਿਹੜੀ ਯੂਨਿਟੀ ਹੈ ਔਰ ਜੋ ਹਰਿਆਣੇ ਦੇ ਕਿਸਾਨ ਅੱਜ ਬਾਰਡਰ 'ਤੇ ਬੈਠ ਕੇ ਮਦਦ ਕਰ ਰਿਹਾ, ਇਹਨੂੰ ਐਪਰੀਸ਼ੀਏਟ ਕਰੋ, ਸਾਰੇ ਪੰਜਾਬੀ ਉਹਨਾਂ ਦਾ ਸ਼ੁਕਰੀਆ ਕਰੋ ਔਰ ਇਸ ਨੂੰ ਗੱਲ ਨੂੰ ਅੱਗੇ ਹੋਰ ਵਧਾਓ। ਅੱਛਾ, ਇੱਕ ਆਖਰੀ ਸਵਾਲ, ਕਿ ਇਸ ਮੌਕੇ 'ਤੇ ਪੰਜਾਬ ਦੇ ਪੋਲੀਟੀਸ਼ੀਅਨ ਔਰ ਜਿਹੜੇ ਚੁਣੇ ਹੋਏ ਨੁਮਾਇੰਦੇ ਸੀ ਖਾਸ ਤੌਰ 'ਤੇ MP ਔਰ MLA, ਉਹਨਾਂ ਨੂੰ ਵੀ ਸਪੋਰਟ ਵਜੋਂ ਨਹੀਂ ਸੀ ਨਾਲ ਜਾਣਾ ਚਾਹੀਦਾ, ਬੈਠਣਾ ਚਾਹੀਦਾ ਸੀਗਾ? ਇੰਝ ਲੱਗ ਰਿਹਾ ਜਿਵੇਂ ਇਹ ਲੋਕਾਂ ਦੀ ਨਿਰੋਲ ਆਮ ਲੋਕਾਂ ਦੀ ਮੂਵਮੈਂਟ ਹੈ, ਇਹਦੇ ਵਿੱਚ ਸਾਡੇ ਚੁਣੇ ਹੋਏ ਨੁਮਾਇੰਦੇ ਜੇ ਜਾਂਦੇ ਤੇ ਸਾਡਾ ਵਜਨ ਨਾ ਬਣਦਾ, ਇੰਝ ਲੱਗਦਾ ਜਿਵੇਂ? ਮੈਂ ਜੀ ਇਹ ਗੱਲ ਬੜੀ ਵੈਸੇ ਇੱਕ ਐਸਾ ਕੁਐਸਚਨ ਹੈ ਜਿਹਦਾ ਜਵਾਬ ਮੈਂ ਨਹੀਂ ਦੇ ਸਕਦਾ, ਲੇਕਿਨ ਮੈਂ ਜੋ ਸਮਝਿਆ ਕਿ
मैं इन्हां नूं वैसे जिहड़े किसान भरावां नूं दात देना, मैं लक्चर बड़े सुणदा किसान भरावां दे। एक किसान भरा बोलिया एक दिन, कमाल बोलिया, सरदार दाढ़ी खुली कृपान पाई, कहिंदा भरावो मैं अज ऐलान करदा कि मैं कहिंदा कल बंदे ने किसी ने इत्थे पिंडरांवाला दा नां लिया, कहिंदा मैं अज हुक्म करदा सारे भरावो जे गुरु दे हो अज तो बाद ना इहनूं सिख इशू बनाउणा, ना इहनूं खालिस्तानी, ना किसी होर पोलीटिकल पार्टी का। तो मैं समझदा कि ये किसान भरावां ने अबव पॉलिटिक्स रोल किया, तो इस करके शायद उस मजबूरी नूं देख के, क्योंकि पंजाब दीआं कई पोलीटिकल पार्टियां इस रोटी दे सेक नाल रोटियां अपनियां पकाउणियां चाहुंदियां, उन्होंने वह रोकतियां। लेकिन एक गल की मैं जरूर दस देना अबव पॉलिटिक्स कि पंजाब का मुख्यमंत्री इतने ठीक रूप से जो उन्हें स्टैंड लिया, सारा पंजाब उसकी एप्रीशिएशन करे। उसने हर वक्त ऐसा किया कि जिवें सारा पंजाब की जिहड़ी अणख है या पंजाब का हिस्ट्री है उसनों ठीक उजागर करने लिए महाराजा पटियाला ने, मैं कहना, सही रूप इस इलेक्शन दिता अबव कांग्रेस होने दे, कोई कांग्रेस की गल नहीं। उन्हें एज पंजाब के मुख्यमंत्री जो रोल लिया, वी शुड एप्रीशिएट। बाकी सारिया पोलीटिकल पार्टियां बजाय अपनी भरा मारू जंग दे चुप हो जाओ, और जो किसान कर रहे हैं इन्हों की सपोर्ट करो, जे तुहानू उत्थे नहीं बैठ देंदे होर तरह की सपोर्ट करो, लेकिन इन्हों इशू सेंटर का रखियो। फिर हालांकि मैं इस गल ते क्लीयर हाँ कि यह सेंटर की लड़ाई हिंदुस्तान के किसान की है, असी उस नूं ना चढ़ीए और इस नूं हमेशा कायम रखिए। अखीरली गल कह के, क्योंकि लंबा हो रहा, कि इस लड़ाई एक गल बहुत वड्डी हुई है कि जिहड़ा पंजाब दा इतिहास सी कि कल्ला बचित्र सिंह हाथी नाल लड़दा, असी सुणिया सारागढ़ी दी बैटल किवें 21 बंदिया ने 21,000 नाल लड़ाई लड़ी, कि शंभू बैरीयर ते जो पंजाबियां ने मुड़ के इतिहास दोहरा दिता है कि किवें पंजाबियां ने बिछाड़ा पैंदियां इन्नी ठंड च, लाठीचार्ज होंदा, गैस चलदी, किवें ट्रक चुक के सिटते, किवें वह पत्थर जिहड़े क्रेना नहीं चुक सकदियां वह सुटे, जो शंभू बार्डर का जो इतिहास है ये मुड़ के वही मिसलां दे पीरियड तो पहला दे इतिहास से मोर लाउंदा। तो इसको उस तरह अप्रीशिएट करियो कि पंजाबियों जो गुरु ने जो ताकत दी है वह पीसफुल, सब तो वड्डी जदों एडमिनिस्ट्रेशन खत्म होएगी तो सारी वर्ल्ड मैसेज आए ये पीसफुल एडमिनिस्ट्रेशन की, कोई वायलेंस नहीं हुई, जिन्हें गलती करी उन्होंने भी सजा मिले। तो मैं ये अपनी जरूर ऑब्जरवेशन तुहाडे राही देना चाहूंगा। बहुत मेहरबानी सरदार साहब, बहुत धन्यवाद। वाहेगुरु जी का खालसा, वाहेगुरु जी की फतेह।